ਕਹਿੰਦੇ ਇੱਕ ਵਾਰ ਦੀ ਗੱਲ ਹੈ, ਇੱਕ ਓਲਡ ਏਜ ਹੋਮ ਦੇ ਵਿੱਚ ਇੱਕ ਮਾਤਾ ਜੀ ਨੇ ਆਪਣੇ ਪੁੱਤਰ ਨੂੰ ਫੋਨ ਕੀਤਾ। ਕਹਿੰਦੀ ਵੀ ਪੁੱਤਰ ਤੂੰ ਮੈਨੂੰ ਇੱਥੇ ਛੱਡ ਕੇ ਗਿਆ, ਵੀ ਇੱਕ ਤਾਂ ਨਾ ਇੱਥੇ ਪੱਖੇ ਨਹੀਂ ਹੈਗੇ ਅਤੇ ਇੱਕ ਇੱਥੇ ਠੰਡਾ ਪਾਣੀ ਨਹੀਂ ਹੈਗਾ ਸਾਡੇ ਵਾਸਤੇ ਪੀਣ ਨੂੰ, ਅਤੇ ਇਹਦਾ ਤੂੰ ਥੋੜ੍ਹਾ ਜਿਹਾ ਇੰਤਜ਼ਾਮ ਕਰਾ ਦੇ ਅਤੇ ਅਸੀਂ ਥੋੜ੍ਹੇ ਜਿਹੇ ਵਧੀਆ ਇੱਥੇ ਸੁਖੀ ਹੋ ਜਾਵਾਂਗੇ। ਅੱਗੇ ਪੁੱਤਰ ਸੀਗਾ ਜੀ ਅਰਬਾਪਤੀ, ਕਹਿੰਦਾ ਮਾਤਾ ਤੂੰ ਕਿਹੜੀ ਗੱਲ ਕਰਤੀ, ਤੂੰ ਪੱਖੇ ਛੱਡ ਮੈਂ ਤੈਨੂੰ ਇੱਥੇ ਏ ਸੀ ਲਵਾ ਦਿੰਦਾ, ਤੂੰ ਪਾਣੀ ਛੱਡ ਮੈਂ ਤੈਨੂੰ ਇੱਥੇ ਵਾਟਰ ਕੂਲਰ ਲਵਾ ਦਿੰਦਾ, ਹਮੇਸ਼ਾ ਠੰਡਾ ਪਾਣੀ ਆਇਆ ਕਰੇਗਾ, ਤੂੰ ਚਿੰਤਾ ਨਾ ਕਰ। ਕਹਿੰਦੀ ਵੀ ਪੁੱਤਰ ਮੈਂ ਆਪਣੇ ਵਾਸਤੇ ਨਹੀਂ ਕਹਿ ਰਹੀ ਇਹ ਮੈਂ ਤੇਰੇ ਵਾਸਤੇ ਕਹਿ ਰਹੀ ਹਾਂ, ਵੀ ਜਦੋਂ ਕੱਲ੍ਹ ਨੂੰ ਤੇਰੀ ਔਲਾਦ ਤੈਨੂੰ ਇੱਥੇ ਛੱਡਣ ਆਏਗੀ ਨਾ, ਵੀ ਮੈਂ ਤੈਨੂੰ ਕਿੰਨੇ ਨਾਜ਼ਾਂ ਦੇ ਨਾਲ ਪਾਲਿਆ, ਕਿੰਨੇ ਪਿਆਰ ਦੇ ਨਾਲ ਪਾਲਿਆ, ਅੱਜ ਤੱਕ ਮੈਂ ਤੇਰੀ ਕਦੇ ਤੱਤੀ ਵਾਹ ਨਹੀਂ ਲੱਗਣ ਦਿੱਤੀ, ਕਦੇ ਤੇਰਾ ਪੈਰ ਜ਼ਮੀਨ 'ਤੇ ਨਹੀਂ ਲੱਗਣ ਦਿੱਤਾ, ਸੋ ਕੱਲ੍ਹ ਨੂੰ ਤੇਰੇ ਨਾਲ ਇਸ ਤਰ੍ਹਾਂ ਨਾ ਹੋਵੇ। ਸੋ ਇਹ ਹਕੀਕਤਾਂ ਨੇ ਜੀ, ਇਹ ਸੱਚਾਈਆਂ ਨੇ। ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ, ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ, ਮਾਵਾਂ ਦੇ ਹਰ ਜਾਨੇ ਲੋਕ ਕੌਣ ਪਰੇ, ਮਾਵਾਂ ਦੇ ਹਰ ਜਾਨੇ ਲੋਕ ਕੌਣ ਪਰੇ, ਹਾਏ ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ, ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ। ਲਓ ਜੀ, ਕਹਿੰਦੇ ਕੋਈ ਜ਼ਰੂਰੀ ਨਹੀਂ ਹੈ ਕਿ ਤੁਹਾਡੀਆਂ ਸਾਰੀਆਂ ਮੁਰਾਦਾਂ ਗੁਰਦੁਆਰਿਆਂ ਜਾਂ ਮੰਦਰਾਂ ਦੇ ਵਿੱਚ ਪੂਰੀਆਂ ਹੋਣ। ਅੱਜ ਮੈਂ ਆਇਆ ਹੋਇਆ ਜੀ ਓਲਡ ਏਜ ਹੋਮ ਸੈਕਟਰ 15 ਪੰਚਕੂਲਾ ਦੇ ਵਿੱਚ। ਕਦੇ ਇਹੋ ਜਿਹੇ ਲੋਕਾਂ ਨੂੰ ਵੀ ਆ ਜਾਇਆ ਕਰੋ ਮਿਲਣ ਵਾਸਤੇ, ਕਦੇ ਇਹਨਾਂ ਦੇ ਵੀ ਦੁੱਖ ਦਰਦ ਸੁਣ ਲਿਆ ਕਰੋ, ਰੱਬ ਇੱਥੇ ਹੀ ਵੱਸਦਾ, ਰੱਬ ਇਹਨਾਂ ਦੇ ਦਿਲਾਂ 'ਚ ਵੀ ਵੱਸਦਾ। ਜਿੱਤਣ ਵਾਲੇ ਸਾਰੇ ਪੁੱਤਰ, ਹਾਰਨ ਵਾਲੀ ਇਕੱਲੀ, ਪੁੱਤਰਾਂ ਦੇ ਲਈ ਖੈਰਾਂ ਮੰਗਦੀ ਆਪ ਮਰੇ, ਪੁੱਤਰਾਂ ਦੇ ਲਈ ਖੈਰਾਂ ਮੰਗਦੀ ਆਪ ਮਰੇ, ਹਾਏ ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ, ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ। ਰੱਬ ਕਹਿੰਦਾ ਉਹ ਬੰਦਿਓ ਤੁਹਾਨੂੰ ਮਾਵਾਂ ਦਿੱਤੀਆਂ ਨੇ, ਮੇਰੇ ਘਰ ਤੱਕ ਪਹੁੰਚਣ ਲਈ ਇਹ ਰਾਵਾਂ ਦਿੱਤੀਆਂ ਨੇ, ਮੇਰੇ ਘਰ ਤੱਕ ਪਹੁੰਚਣ ਲਈ ਇਹ ਰਾਵਾਂ ਦਿੱਤੀਆਂ ਨੇ। ਰੱਬ ਕਹਿੰਦਾ ਉਹ ਬੰਦਿਓ ਤੁਹਾਨੂੰ ਮਾਵਾਂ ਦਿੱਤੀਆਂ ਨੇ, ਮੇਰੇ ਘਰ ਤੱਕ ਪਹੁੰਚਣ ਲਈ ਇਹ ਰਾਵਾਂ ਦਿੱਤੀਆਂ ਨੇ, ਮੇਰੇ ਘਰ ਤੱਕ ਪਹੁੰਚਣ ਲਈ ਇਹ ਰਾਵਾਂ ਦਿੱਤੀਆਂ ਨੇ। ਰੱਬ ਦਾ ਮਜ਼ਾਕ ਨਾ ਉਡਾਇਓ ਸੋਹਣਿਓ, ਲੱਭੀ ਹੋਈ ਚੀਜ਼ ਨਾ ਗਵਾਇਓ ਸੋਹਣਿਓ, ਮਾਵਾਂ ਠੰਡੀਆਂ ਛਾਵਾਂ, ਮਾਵਾਂ ਠੰਡੀਆਂ ਛਾਵਾਂ, ਮਾਵਾਂ ਠੰਡੀਆਂ ਛਾਵਾਂ, ਮਾਵਾਂ ਠੰਡੀਆਂ ਛਾਵਾਂ।